ਤੇਰੀ ਲਾਸ਼ ਦੀ ਨੁਮਾਇਸ਼ ਹੋਵੇਗੀ। ਇਥੋਂ ਦੀਆਂ ਮਾਵਾਂ ਨੇ ਇਸ ਬਾਬਰ ਦਾ ਨਾਂ ਲੈ ਲੈ ਕੇ ਰੋਂਦੇ ਬਾਲਾਂ ਨੂੰ ਚੁੱਪ। ਅਸਲਾਮ ਅਲੈਕੁਮ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਦੇਸ ਪਰਦੇਸ ਬੜੀ ਹੀ ਜ਼ਬਰਦਸਤ ਔਰ ਬੜੀ ਅੱਛੀ ਫਿਲਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਰਹੇ ਹਾਂ। ਔਰ ਇਸ ਫਿਲਮ ਨੂੰ ਲੰਡਨ ਵਿੱਚ ਬਣਾਇਆ ਗਿਆ ਹੈ। 6 ਮਈ 1983 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਦੇਸ ਪਰਦੇਸ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ, ਆਸੀਆ, ਮੁਸਤਫਾ ਕੁਰੇਸ਼ੀ, ਜੜੇ ਕੱਟ ਗਈ ਤੋ ਦਰਖਤ ਖੁਦ ਬਹੁ, ਅਫਜ਼ਾਲ ਅਹਿਮਦ, ਕਿ ਮੈਂ ਭੈਣਾਂ ਦਾ ਭਾਰ ਨਹੀਂ ਚੁੱਕ ਸਕਦਾ, ਸ਼ਗੁਫਤਾ, ਕੌਣ ਮਨਾਵੇਗਾ ਵੀਰਾ, ਕੌਣ ਮਨਾਵੇ, ਆਲੀਆ, ਹੁਣ ਦੱਸ ਵੀ ਦੇਣਾ ਕਿਉਂ ਮਾਨ ਪਰੇਸ਼ਾਨ ਕੀਤੇ, ਇਕਬਾਲ ਦੁਰਾਨੀ, ਟੈਂਗੋ ਮੁਝੇ ਲੂਟਨੇ ਕੇ ਲਿਏ ਆਇਆ ਹੈ, ਹਨੀਫ, ਤੂੰ ਹਫ਼ਤੇ ਤੇ ਕਿੰਨੇ ਪਾਉਂਡ ਕਮਾਏ, ਤੇ ਬਹਾਰ ਬੇਗਮ। ਹਦਾਇਤ ਇਫਤਖਾਰ ਖਾਨ, ਇਸ ਫਿਲਮ ਨੂੰ ਲਿਖਿਆ ਹੈ ਨਾਸਰ ਅਦੀਬ ਨੇ ਤੇ ਇਹਦਾ ਮਿਊਜ਼ਿਕ ਤਰਤੀਬ ਦਿੱਤਾ ਹੈ ਜ਼ੁਲਫਕਾਰ ਅਲੀ ਨੇ। ਇਹ ਦੋ ਭਰਾਵਾਂ ਦੀ ਕਹਾਣੀ ਹੈ। ਇੱਕ ਭਰਾ ਦਾ ਨਾਮ ਬਾਬਰ ਤੇ ਦੂਜੇ ਦਾ ਨਾਮ ਤਾਰਕ ਹੁੰਦਾ ਹੈ। ਬਾਬਰ ਦਾ ਕਿਰਦਾਰ ਅਦਾਕਾਰ ਸੁਲਤਾਨ ਰਈ ਨੇ ਅਦਾ ਕੀਤਾ ਹੈ ਔਰ ਤਾਰਿਕ ਦਾ ਕਿਰਦਾਰ ਅਦਾਕਾਰ ਅਫਜ਼ਾਲ ਅਹਿਮਦ ਨੇ ਅਦਾ ਕੀਤਾ ਹੈ। ਇਹਨਾਂ ਦੀਆਂ ਦੋ ਭੈਣਾਂ ਹੁੰਦੀਆਂ ਹਨ ਜਿਸਦਾ ਕਿਰਦਾਰ ਸ਼ਗੁਫਤਾ ਅਤੇ ਆਲੀਆ ਨੇ ਅਦਾ ਕੀਤਾ ਹੈ ਔਰ ਇਹਨਾਂ ਦੀ ਮਾਂ ਦਾ ਕਿਰਦਾਰ ਹਸਬੇ ਮਾਮੂਲ ਬਹਾਰ ਬੇਗਮ ਨੇ ਅਦਾ ਕੀਤਾ ਹੈ। ਔਰ ਅਗਰ ਕਿਸੇ ਨੂੰ ਸ਼ਗੁਫਤਾ ਯਾਦ ਨਹੀਂ ਹੈ ਤਾਂ ਅਗਰ ਤੁਸੀਂ ਚੰਨ ਵਰਿਆਂ ਵੇਖੀਏ ਤਾਂ ਉਸ ਫਿਲਮ ਦੇ ਅੰਦਰ ਸੁਲਤਾਨ ਰਈ ਦੀ ਭੈਣ ਦਾ ਰੋਲ ਸ਼ਗੁਫਤਾ ਨੇ ਅਦਾ ਕੀਤਾ ਔਰ ਬੜਾ ਹੀ ਅੱਛਾ ਕੰਮ ਕੀਤਾ। ਔਰ ਬਾਬਰ ਜਿਹੜਾ ਹੁੰਦਾ ਉਹ ਬਾਬਰ ਬਦਮਾਸ਼ ਹੁੰਦਾ, ਲੜਾਈ ਮਾਰ ਘੁੱਟੇ ਉਹਦਾ ਮਹਿਬੂਬ ਮੁਸ਼ਕਲ ਆਉਂਦਾ। ਲੇਕਿਨ ਜਦੋਂ ਉਹਦੀਆਂ ਭੈਣਾਂ ਜਵਾਨ ਹੋ ਜਾਂਦੀਆਂ ਅਤੇ ਭੈਣਾਂ ਦੇ ਜਵਾਨ ਹੋਣੇ 'ਤੇ ਉਹ ਬਦਮਾਸ਼ੀ ਛੋੜ ਕੇ ਮਜ਼ਦੂਰੀ ਸ਼ੁਰੂ ਕਰ ਦਿੰਦਾ ਔਰ ਅਗਰ ਕੋਈ ਵੀ ਉਹਦੇ ਸਾਹਮਣੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਹੱਥ ਬੰਨ ਕੇ ਕਹਿੰਦਾ ਕਿ ਭਾਈ ਮੈਨੂੰ ਮਾਫ਼ ਕਰ ਦੇ ਔਰ ਇੱਕ ਸ਼ਰੀਫ ਇਨਸਾਨ ਬਣ ਜਾਂਦਾ। ਅਫਜ਼ਾਲ ਅਹਿਮਦ ਨੇ ਤਾਰਿਕ ਦਾ ਰੋਲ ਕੀਤਾ ਔਰ ਤਾਰਿਕ ਜਿਹੜਾ ਹੁੰਦਾ ਇੱਕ ਪੜ੍ਹਿਆ ਲਿਖਿਆ ਇਨਸਾਨ ਹੁੰਦਾ ਔਰ ਜਿਹੜਾ ਬਾਬਰ ਹੁੰਦਾ ਔਰ ਆਪਣੇ ਛੋਟੇ ਭਰਾ ਨੂੰ ਤਾਰਿਕ ਨੂੰ ਪੜ੍ਹਾ ਲਿਖਾ ਕੇ ਬਹੁਤ ਵੱਡਾ ਆਦਮੀ ਬਣਾਉਣਾ ਚਾਹੁੰਦਾ ਔਰ ਇਸ ਵਾਸਤੇ ਦਿਲ ਲਗਾ ਕੇ ਮਜ਼ਦੂਰੀ ਕਰਦਾ। ਔਰ ਭੈਣਾਂ ਦੇ ਰੋਲ ਵਿੱਚ ਸ਼ਗੁਫਤਾ ਅਤੇ ਆਲੀਆ ਨੇ ਬੜੀ ਹੀ ਜ਼ਬਰਦਸਤ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ। ਔਰ ਜਦੋਂ ਤਾਰਿਕ ਜਿਹੜਾ ਆਉਂਦਾ ਉਹ ਪੜ੍ਹਾਈ ਛੋੜ ਦਿੰਦਾ ਔਰ ਪੜ੍ਹਾਈ ਛੋੜ ਕੇ ਬਾਹਰ ਜਾਣ ਦੀ ਜ਼ਿੱਦ ਕਰਦਾ। ਮੈਨੂੰ ਅੱਖਾਂ ਤੇ ਬੰਦ ਕਰ ਲੈਣ ਦਾ ਘਮਦਾ ਤਾ, ਓਏ ਜਦੋਂ ਕੱਲਾ ਰਹਿ ਜਾਏਗਾ ਤੇ ਜਿੰਨੀਆਂ ਢਾਈ ਮਜ਼ਦੂਰੀਆਂ ਲੱਭ ਲਈ ਅੱਖਾਂ ਕਿਹੜਾ ਕਬਰ ਚੋਂ ਬਾਹਰ ਆ। ਤੇ ਇਸ ਕੰਮ ਦੀ ਬਾਬਰ ਵੀ ਮੁਖਾਲਫਤ ਕਰਦਾ ਹੈ, ਉਹਦੇ ਘਰ ਵਾਲੇ ਭੈਣਾਂ ਜਿਹੜੀਆਂ ਹੁੰਦੀਆਂ ਨੇ ਮਾਂ ਨੇ ਸਾਰੇ ਉਹਦੇ ਖਿਲਾਫ਼ ਹੁੰਦੇ ਨੇ ਔਰ ਉਹਨੂੰ ਕਹਿੰਦੇ ਨੇ ਕਿ ਉਹਨੂੰ ਆਪਣਾ ਫੈਸਲਾ ਬਦਲਣਾ ਚਾਹੀਦਾ। ਲੇਕਿਨ ਤਾਰਿਕ ਆਪਣੇ ਫੈਸਲੇ 'ਤੇ ਅਟਲ ਰਹਿੰਦਾ ਔਰ ਮਿੰਨਤ ਸਮਾਜਤ ਕਰਕੇ ਉਹ ਆਪਣੇ ਭੈਣਾਂ, ਆਪਣੇ ਭਰਾ ਅਤੇ ਆਪਣੀ ਮਾਂ ਨੂੰ ਮਨਾ ਲੈਂਦਾ। ਔਰ ਇਸ ਟਾਈਮ ਜਿਹੜੇ ਗਾਣਾ ਆਉਂਦਾ ਇਸ ਦੇ ਅੰਦਰ ਆਲੀਆ ਔਰ ਸ਼ਗੁਫਤਾ ਨੇ ਬੜੀ ਹੀ ਜ਼ਬਰਦਸਤ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ। ਬਾਬਰ ਜਿਹੜਾ ਆਉਂਦਾ ਉਹ ਵੀ ਮੰਨ ਜਾਂਦਾ ਤਾਰਿਕ ਸਭ ਨੂੰ ਛੋੜ ਕੇ ਇੰਗਲੈਂਡ ਚਲਾ ਜਾਂਦਾ ਔਰ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਦੀ ਤਲਾਸ਼ ਸ਼ੁਰੂ ਕਰ ਦਿੰਦਾ ਔਰ ਆਪਣੇ ਇੱਕ ਦੋਸਤ ਨੂੰ ਜਿਹਦੇ ਉੱਤੇ ਉਸਨੂੰ ਬੜਾ ਮਾਣ ਹੁੰਦਾ ਜਿਹੜਾ ਉਸਨੂੰ ਕਹਿੰਦਾ ਕਿ ਤੂੰ ਮੇਰੇ ਕੋਲ ਆ ਜਾ, ਉਹਦੇ ਕੋਲ ਜਾਂਦਾ। ਲੇਕਿਨ ਉਹ ਦੋਸਤ ਨੂੰ ਹੱਥ ਮਿਲਾ ਕੇ ਅੱਖਾਂ ਚੁਰਾ ਕੇ ਉਹਦੇ ਕੋਲੋਂ ਗੁਜ਼ਰ ਜਾਂਦਾ, ਨੌਕਰੀ ਦੀ ਤਲਾਸ਼ ਕਰਦਾ ਪਰ ਹਰ ਦਫ਼ਾ ਉਹਨੂੰ ਮਾਯੂਸੀ ਹੁੰਦੀ ਹੈ। ਆਸੀਆ ਨੇ ਫਿਲਮ ਦੇ ਅੰਦਰ ਰਾਣੀ ਦਾ ਕਿਰਦਾਰ ਅਦਾ ਕੀਤਾ ਜਿਹੜੀ ਕਿ ਸੁਲਤਾਨ ਰਈ ਦੀ ਮੰਗੇਤਰ ਹੁੰਦੀ ਹੈ। ਔਰ ਆਸੀਆ ਦੇ ਫਿਲਮ ਦੇ ਅੰਦਰ ਕੋਈ ਖਾਸ ਕੰਮ ਨਹੀਂ ਹੈ, ਜਿਸ ਤਰ੍ਹਾਂ ਤੁਸੀਂ ਆਮ ਫਿਲਮ ਦੇਖਿਆ ਕਿ ਹੀਰੋਇਨ ਹੁੰਦੀ ਹੈ, ਦੋ ਚਾਰ ਗਾਣੇ ਹੁੰਦੇ ਹਨ ਔਰ ਆਸੀਆ ਤਕਰੀਬਨ ਕਾਫੀ ਸਾਰੀ ਜਿਹੜੀ ਫਿਲਮ ਗੁਜ਼ਰ ਜਾਂਦੀ ਉਹ ਜੇਲ੍ਹ 'ਚ ਆਉਂਦੀ ਹੈ। ਅਤੇ ਤਾਰਕ ਜਦੋਂ ਜਾਂਦਾ ਤਾਂ ਬਾਬਰ ਉਹਨੂੰ ਕਹਿੰਦਾ ਕਿ ਉਹ ਜਾਂਦੇ ਹੀ ਆਸੀਆ ਯਾਨੀ ਕਿ ਰਾਣੀ ਦੇ ਨਾਲ ਮੁਲਾਕਾਤ ਕਰੇਗਾ, ਪਰ ਜਦੋਂ ਉੱਥੇ ਪੁੱਛਦਾ ਤਾਂ ਉਹਨੂੰ ਪਤਾ ਚੱਲਦਾ ਕਿ ਰਾਣੀ ਜਿਹੜਾ ਜੇਲ੍ਹ ਗਈ ਹੋਈ ਹੈ, ਉੱਥੇ ਇਹਦਾ ਇੱਕ ਦੋਸਤ ਬਣ ਜਾਂਦਾ ਔਰ ਤਾਰਕ ਨੌਕਰੀ ਦੀ ਤਲਾਸ਼ ਨਿਕਲਦਾ ਔਰ ਇੱਕ ਗੱਡੀ ਦੇ ਨਾਲ ਉਹਦੀ ਟੱਕਰ ਹੁੰਦੀ ਹੈ।
ਖੈਰ ਉਹਨਾਂ ਦਾ ਆਪਸੀ ਤਾਰਫ ਹੁੰਦਾ ਹੈ ਔਰ ਜਿਹੜਾ ਸੇਠ ਹੁੰਦਾ ਹੈ ਉਹਨੂੰ ਆਪਣੀ ਗੱਡੀ ਚਲਾਉਣ 'ਤੇ ਰੱਖ ਲੈਂਦਾ ਹੈ। ਬਾਬਰ ਗੱਡੀ ਚਲਾਉਣਾ ਸ਼ੁਰੂ ਕਰਦੇ ਔਰ ਇਸ ਦੌਰਾਨ ਉਸਦੀ ਗੱਡੀ ਵਿੱਚ ਇੱਕ ਬ੍ਰੀਫਕੇਸ ਰਹਿ ਜਾਂਦਾ ਹੈ। ਇਹ ਬ੍ਰੀਫਕੇਸ ਸੇਠ ਸ਼ੌਕਤ ਦਾ ਹੁੰਦਾ ਹੈ। ਉਹ ਸੇਠ ਸ਼ੌਕਤ ਦੇ ਕੋਲ ਜਾਂਦਾ ਹੈ। ਸੇਠ ਸ਼ੌਕਤ ਉਹਦੀ ਇਮਾਨਦਾਰੀ ਤੋਂ ਮੁਤਾਸਰ ਹੁੰਦਾ ਹੈ ਔਰ ਉਹਨੂੰ ਆਪਣੇ ਕੋਲ ਮੁਲਾਜ਼ਮ ਰੱਖ ਲੈਂਦਾ ਹੈ ਔਰ ਉਸਦੀ 500 ਪਾਉਂਡ ਜਿਹੜਾ ਨਾ ਤਨਖਾਹ ਮੁਕਰਰ ਕਰ ਦਿੰਦਾ ਹੈ। ਤਾਰਕ ਥੋੜ੍ਹੇ ਬਹੁਤ ਪੈਸੇ ਇਕੱਠੇ ਕਰਕੇ ਕਾਰ ਭੇਜਦਾ ਔਰ ਕਾਰ ਵਾਲੇ ਉਹਦੇ ਜਿਹੜੇ ਹੁੰਦੇ ਬਹੁਤ ਖੁਸ਼ ਹੁੰਦੇ ਨੇ। ਇਸ ਦੌਰਾਨ ਜਿਹੜਾ ਗਰਿੰਗੋ ਹੁੰਦਾ ਹੈ, ਗਰਿੰਗੋ ਦਾ ਕਿਰਦਾਰ ਅਦਾਕਾਰ ਇਕਬਾਲ ਦੁਰਾਨੀ ਨੇ ਅਦਾ ਕੀਤਾ ਔਰ ਗਰਿੰਗੋ ਜੈਕਪਾਲ ਦਾ ਭਰਾ ਹੁੰਦਾ ਹੈ। ਜੈਕਪਾਲ ਦਾ ਕਿਰਦਾਰ ਜਿਹੜਾ ਅਦਾਕਾਰ ਮੁਸਤਫਾ ਕੁਰੇਸ਼ੀ ਨੇ ਅਦਾ ਕੀਤਾ ਔਰ ਜੈਕਪਾਲ ਇੱਕ ਦਹਿਸ਼ਤਗਰਦ ਹੁੰਦਾ ਹੈ, ਇੱਕ ਜਰਾਇਮ ਦਾ ਬਾਦਸ਼ਾਹ ਹੁੰਦਾ ਹੈ ਔਰ ਲੰਡਨ ਦੀ ਪੁਲਿਸ ਨੂੰ ਵੀ ਉਹ ਚਕਮੇ ਦਿੰਦਾ ਹੈ। ਕਮਿਸ਼ਨਰ ਹੁੰਦਾ, ਉਸਨੂੰ ਕਹਿੰਦਾ ਕਿ ਉਹ ਬੈਂਕ ਲੁੱਟੇਗਾ ਔਰ ਜਦ ਕਮਿਸ਼ਨਰ ਸੁਣਦਾ ਕਿ ਜੈਕਪਾਲ ਨੇ ਬੈਂਕ ਲੁੱਟਣ ਦਾ ਐਲਾਨ ਕਰ ਦਿੱਤਾ, ਉਹ ਬੈਂਕ ਦੀ ਸਿਕਿਉਰਿਟੀ ਵਧਾ ਦਿੰਦਾ। ਲੇਕਿਨ ਇਸ ਦੇ ਬਾਵਜੂਦ ਸ਼ਾਤਰ ਜੈਕਪਾਲ ਬੈਂਕ ਲੁੱਟ ਕੇ ਲੈ ਜਾਂਦਾ ਹੈ। ਜੈਕਪਾਲ ਜਿਹੜਾ ਹੁੰਦਾ ਗਰਿੰਗੋ ਨੂੰ ਭੇਜਦਾ ਔਰ ਕਹਿੰਦਾ ਕਿ ਉਹ ਪੱਥਾ ਵਸੂਲ ਕਰਦਾ ਹੈ ਸੇਠ ਸ਼ੌਕਤ ਕੋਲੋਂ। ਸੇਠ ਸ਼ੌਕਤ ਉਹਨੂੰ ਪੱਥਾ ਦਿੰਦਾ ਹੈ ਔਰ ਇਸ ਦੌਰਾਨ ਤਾਰਕ ਅਤੇ ਗਰਿੰਗੋ ਦੀ ਆਪਸੀ ਲੜਾਈ ਹੋ ਜਾਂਦੀ ਹੈ। ਗਰਿੰਗੋ ਜਿਹੜਾ ਨਾ ਉਹ ਨੱਸ ਜਾਂਦਾ, ਤਾਰਕ ਉਹਦਾ ਪਿੱਛਾ ਕਰਦਾ, ਉਹਨਾਂ ਦੀ ਆਪਸੀ ਲੜਾਈ ਹੁੰਦੀ ਔਰ ਇਸ ਲੜਾਈ ਦੇ ਦੌਰਾਨ ਪੁਲਿਸ ਆ ਜਾਂਦੀ ਹੈ ਔਰ ਪੁਲਿਸ ਜਿਹੜੀ ਹੁੰਦੀ ਉਹ ਗਰਿੰਗੋ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਜਦੋਂ ਜੈਕਪਾਲ ਨੂੰ ਪਤਾ ਚੱਲਦਾ ਹੈ ਕਿ ਤਾਰਕ ਨੇ ਉਹਦੇ ਭਰਾ ਨੂੰ ਗ੍ਰਿਫਤਾਰ ਕਰਾਇਆ, ਉਹ ਤਾਰਕ ਨੂੰ ਕਤਲ ਕਰ ਦਿੰਦਾ ਔਰ ਐਡਰੈਸ ਲੈ ਕੇ ਉਹਦੀ ਡੈੱਡ ਬਾਡੀ ਜਿਹੜੀ ਹੁੰਦੀ ਲਾਸ਼ ਹੁੰਦੀ ਹੈ ਉਹਦੇ ਕਾਰ ਭੇਜ ਦਿੰਦਾ। ਜਦੋਂ ਕਾਰ ਨੂੰ ਲਾਸ਼ ਵਸੂਲ ਹੁੰਦੀ ਹੈ ਉਹ ਬਹੁਤ ਉਹਨਾਂ ਨੂੰ ਦੁੱਖ ਹੁੰਦਾ ਔਰ ਗੁੱਸਾ ਵੀ ਹੁੰਦਾ। ਇਸ ਗੁੱਸੇ ਦੇ ਦੌਰਾਨ ਲੰਡਨ ਜਾਣ ਦਾ ਫੈਸਲਾ ਕਰਦਾ ਕਿਉਂਕਿ ਉਹ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ। ਖੈਰ ਉਹ ਲੰਡਨ ਪਹੁੰਚ ਜਾਂਦਾ ਔਰ ਇਤਨਾ ਇਹ ਹੁੰਦਾ ਕਿ ਰਾਣੀ ਵੀ ਜੇਲ੍ਹ ਤੋਂ ਰਿਹਾ ਆ ਜਾਂਦੀ ਹੈ। ਉਹ ਰਾਣੀ ਦੇ ਕੋਲੋਂ ਜੈਕਪਾਲ ਦਾ ਪਤਾ ਪੁੱਛਦਾ ਹੈ ਲੇਕਿਨ ਰਾਣੀ ਵੀ ਜੈਕਪਾਲ ਦੇ ਬਾਰੇ ਕੁਝ ਨਹੀਂ ਜਾਣਦੀ ਔਰ ਇਸ ਤਰ੍ਹਾਂ ਕਰਕੇ ਉਹ ਜੈਕਪਾਲ ਦੀ ਤਲਾਸ਼ ਸ਼ੁਰੂ ਕਰ ਦਿੰਦਾ ਔਰ ਇੱਕ ਕਲੱਬ ਦੇ ਅੰਦਰ ਜਾਂਦਾ। ਉੱਥੇ ਗੁੰਡਿਆਂ ਨਾਲ ਉਹਦੀ ਲੜਾਈ ਹੁੰਦੀ ਹੈ ਔਰ ਇਸ ਲੜਾਈ ਦੇ ਦੌਰਾਨ ਪੁਲਿਸ ਆ ਜਾਂਦੀ ਹੈ ਔਰ ਜਿਹੜਾ ਬਾਬਰ ਹੁੰਦਾ ਉਹ ਪੁਲਿਸ ਕੋਲੋਂ ਫਰਾਰ ਹੁੰਦਾ ਔਰ ਫਰਾਰ ਹੁੰਦਾ ਜਿਹੜਾ ਜੈਕਪਾਲ ਹੁੰਦਾ ਉਹਨੂੰ ਆਪਣੀ ਗੱਡੀ ਸਵਾਰ ਕਰ ਲੈਂਦਾ ਔਰ ਇਸ ਤਰ੍ਹਾਂ ਜੈਕਪਾਲ ਅਤੇ ਬਾਬਰ ਦੀ ਪਹਿਲੀ ਮੁਲਾਕਾਤ ਹੁੰਦੀ ਹੈ। ਬਾਬਰ ਉਸਨੂੰ ਸਾਰੀ ਕਹਾਣੀ ਸੁਣਾਉਂਦਾ ਔਰ ਆਪਣੇ ਦੁਸ਼ਮਣ ਦੇ ਬਾਰੇ ਨੂੰ ਦੱਸਦਾ। ਜਦੋਂ ਦੁਸ਼ਮਣ ਦਾ ਉਹ ਦੱਸਦਾ ਅਤੇ ਜੈਕਪਾਲ ਸਮਝ ਲੈਂਦਾ ਕਿ ਉਹ ਉਹਦਾ ਹੀ ਜ਼ਿਕਰ ਕਰ ਰਿਹਾ ਔਰ ਜੈਕਪਾਲ ਇੱਥੇ ਚਾਲ ਚੱਲਦਾ ਔਰ ਜੈਕਪਾਲ ਨੂੰ ਇੱਕ ਐਡਰੈਸ ਦਿੰਦਾ ਔਰ ਕਹਿੰਦਾ ਉੱਥੇ ਤੇਰੇ ਭਰਾ ਦਾ ਕਾਤਲ ਮਿਲੇਗਾ। ਜਦੋਂ ਬਾਬਰ ਉੱਥੇ ਜਾਂਦਾ ਤਾਂ ਉਸ ਤੱਕ ਬਾਲ ਗਰਿੰਗੋ ਕਰਦਾ, ਗਰਿੰਗੋ ਅਤੇ ਉਸਦੀ ਲੜਾਈ ਆਉਂਦੀ ਹੈ ਔਰ ਬਾਬਰ ਉਸਨੂੰ ਕਤਲ ਕਰ ਦਿੰਦਾ। ਔਰ ਜੈਕਪਾਲ ਨੂੰ ਜਦੋਂ ਪਤਾ ਚੱਲਦਾ ਕਿ ਬਾਬਰ ਉਹਦੇ ਭਰਾ ਨੂੰ ਕਤਲ ਕਰ ਦਿੱਤਾ, ਉਹਨਾਂ ਦੀ ਆਪਸੀ ਦੁਸ਼ਮਣੀ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਜੈਕਪਾਲ ਆਪਣੇ ਭਰਾ ਦੀ ਲਾਸ਼ ਦੇਤਾ ਉਹਨੂੰ ਬਹੁਤ ਗੁੱਸਾ ਆਉਂਦਾ ਔਰ ਸਮਝ ਜਾਂਦਾ ਕਿ ਬਾਬਰ ਨੇ ਉਹਨੂੰ ਕਤਲ ਕੀਤਾ ਔਰ ਉਹ ਬਾਬਰ 'ਤੇ ਹਮਲਾ ਅਵਰ ਹੁੰਦਾ ਔਰ ਇਸ ਹਮਲੇ ਦੇ ਦੌਰਾਨ ਜਿਹੜਾ ਬਾਬਰ ਹੁੰਦਾ ਉਹ ਗਰਿੰਗੋ ਨੂੰ ਕਤਲ ਕਰ ਦਿੰਦਾ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਬਹਾਰ ਬੇਗਮ ਨੇ ਬੜਾ ਹੀ ਬਿਹਤਰੀਨ ਕੰਮ ਕੀਤਾ ਔਰ ਆਲੀਆ ਔਰ ਸ਼ਗੁਫਤਾ ਨੇ ਕਮਾਲ ਕੰਮ ਕੀਤਾ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।